ਸਾਤ ਸੰਗਤ ਜੀਓ ਇਹ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਿੱਖਾਂ ਦੇ ਦੁਸ਼ਮਣ ਦੀ ਲਿਖੀ ਹੋਈ ਇੱਕ ਇਹੋ ਜਿਹੀ ਕਿਤਾਬ ਜਿਹੜੀ ਕਿ 250 ਸਾਲ ਪੁਰਾਣੀ ਕਿਤਾਬ ਹੈ ਜਿਹਦੇ ਵਿੱਚ ਸਿੱਖਾਂ ਦੀ ਇੰਨੀ ਰੱਜ ਕੇ ਤਾਰੀਫ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਉਹ ਸਿੱਖਾਂ ਬਾਰੇ ਕੀ ਸੋਚਦਾ ਸੀ ਪਰ ਬਾਅਦ ਵਿੱਚ ਸਿੱਖਾਂ ਦੀ ਤਾਰੀਫ਼ ਕਰਨ ਦਾ ਕੀ ਰੀਜ਼ਨ ਮਿਲਿਆ ਸੋ ਪਿਆਰਿਓ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤਾਂ ਸਾਰੇ ਜਾਣੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਿੱਖਾਂ ਦਾ ਇਤਿਹਾਸ ਬਹੁਤ ਮਹਤਮਪੂਰਨ ਤੇ ਭਾਰੀ ਗਤਕ ਦਾ ਵਾਲਾ ਇਤਿਹਾਸ ਹੈ ਜਿਹਨੂੰ ਸੁਣ ਕੇ ਰਾង ਤੇ ਵੀ ਖੜੇ ਹੋ ਜਾਂਦੇ ਨੇ ਸਾਡੇ ਰਾਜ ਦੀ ਜੇ ਆਪਾਂ ਗੱਲ ਕਰਦੇ ਆਂ ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣ ਦੇ ਵਿੱਚ ਉਹਨਾਂ ਸਿੱਖਾਂ ਦੀਆਂ ਅਹਿਮ ਕੁਰਬਾਨੀਆਂ ਰਹੀਆਂ ਨੇ ਜਿਨ੍ਹਾਂ ਨੇ ਏਕ-ਏਕ ਮੋਠ ਛੋਲਿਆਂ ਦੀ ਖਾ ਕੇ ਤੇ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਸੌ ਕੇ ਜੰਗਲਾਂ ਦੇ ਵਿੱਚ ਰਹਿ ਰਹਿ ਕੇ ਕੁਰਬਾਨੀਆਂ ਕੀਤੀਆਂ ਤੇ ਸਾਧ ਸੰਗਤ ਉਹਨਾਂ ਨੇ ਆਪਣਾ ਰਾਜ ਲਿਆਉਣ ਦੇ ਲਈ ਇਹ ਸਾਰੀਆਂ ਕਹਾਲਾਣਾਵਾਂ ਕੀਤੀਆਂ ਮੁਸ਼ਕਲਤਾਂ ਕੀਤੀਆਂ ਤੇ ਸਾਧ ਸੰਗਤ ਜੱਸਾ ਸਿੰਘ ਵਰਗੇ ਸਰਦਾਰ ਚੜ੍ਹ ਸਿੰਘ ਵਰਗੇ ਹੋਰ ਜਿਹੜੇ ਹੋਏ ਨੇ ਉਹਨਾਂ ਦੀਆਂ ਮਹਾਨ ਜੜੀਆਂ ਕੁਰਬਾਨੀਆਂ ਰਹੀਆਂ ਨੇ ਸੋ ਸਾਧ ਸੰਗਤ ਸਿੱਖਾਂ ਬਾਰੇ ਆਪਣੇ ਤੇ ਜਦੋਂ ਬੋਲਦੇ ਨੇ ਗੱਲ ਸਮਝ ਪੈਂਦੀ ਹੈ ਵੀ ਇਹਨਾਂ ਦੇ ਆਪਣੇ ਨੇ ਤਾਂ ਕਰਕੇ ਤਾਰੀਫਾਂ ਕਰਦੇ ਨੇ ਔਰ ਜਦੋਂ ਕੋਈ ਦੂਸਰਾ ਵਿਗਾਨਾ ਜੇਕਰ ਲਈ ਵੀ ਦੁਸ਼ਮਣ ਤਾਰੀਫ ਕਰੇ ਤੇ ਫਿਰ ਸਵਾਦ ਆਉਂਦਾ ਹੈ ਵੀ ਹਾਂ ਵਾਕਈ ਕੋਈ ਗੱਲਬਾਤ ਹੋਊਗੀ ਤਾਂ ਹੀ ਅਗਲਾ ਤਾਰੀਫ ਕਰਦਾ ਏਦਾਂ ਦੀ ਇੱਕ ਕਿਤਾਬ ਜੰਗਨਾਮਾ ਜਿਹੜੀ ਕਿ ਨੂਰ ਮੁਹੰਮਦ ਖਾਨ ਨੇ ਲਿਖੀ ਹੈ ਨੂਰ ਮੁਹੰਮਦ ਖਾਨ ਜਿਹੜਾ ਜੰਗਨਾਮਾ ਦੇ ਵਿੱਚ ਲਿਖਦਾ ਹੈ ਕਿਨਾਂ 1764 ਦੇ ਵਿੱਚ ਅਹਿਮਦ ਸ਼ਾ ਦੁਰਾਨੀ ਦੇ ਪੰਜਾਬ ਹਮਲੇ ਤੋਂ ਚਸ਼ਮਦੀਦ ਗਵਾਹਾਂ ਤੋਂ ਇਹ ਪਤਾ ਲੱਗਦਾ ਹੈ ਬਲੋਚਿਸਤਾਨ ਤੇ ਗੰਬੂ ਜਿੱਥੇ ਗੰਜੂਬਾ ਦੇ ਗੰਜੂਬਾ ਦੇ ਵਸਨੀਕ ਨੂਰ ਮੁਹੰਮਦ ਦੁਆਰਾ ਲਿਖੇ ਗਏ ਹਮਲੇ ਦਾ ਨਿਜੀ ਬਿਰਤਾਂਤ ਵੀ ਮਿਲਦਾ ਹੈ ਅਬਦੁੱਲਾ ਖਾਨ ਦੇ ਉੱਤਰਾਧਿਕਾਰੀ ਨਾਸਿਰ ਖਾਨ ਤੋਂ ਸਮਰਥਨ ਵੀ ਮੰਗਿਆ ਗਿਆ 1761 ਦੇ ਵਿੱਚ ਹਾ ਜਿਹੜੀ ਕਲਾਤ ਦੀ ਯਾਤਰਾ ਕੀਤੀ ਸਿੱਖਾਂ ਦੇ ਵਿਰੋਧ ਇੱਕ ਯੁੱਧ ਦੀ ਅਗਵਾਈ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਿਹਾ ਸੀ ਵਾਦੀ ਸ਼ਕਤੀ ਅਹਿਮਦ ਸ਼ਾਹ ਦੁਰਾਨੀ ਅਤੇ ਬਲੂਚੀਆ ਲਈ ਚਿੰਤਾ ਦਾ ਕਾਰਨ ਬਣ ਕੇ ਨੂਰ ਮੁਹੰਮਦ ਨੇ 나ਸੀਰ ਖਾਨ ਨੂੰ ਉਸ ਦੇ ਸੰਭਾਵੀ ਜਿਹਾਰ ਦੇ ਨਾਲ ਜਾਣ ਦੀ ਪੇਸ਼ਕਸ਼ ਵੀ ਕੀਤੀ ਤੇ ਖਾਨ ਨੂੰ ਬੇਨਤੀ ਕੀਤੀ ਕਿ ਉਸ ਨੂੰ ਸ਼ਿਕਾਰਪੁਰ ਵਿੱਚ ਕਾਜ਼ੀ ਨਿਯੁਕਤ ਕੀਤਾ ਜਾਵੇ ਤੇ ਡੇਰਾ ਡੇਰਾ ਕੀਤਾ ਗਿਆ ਨਸੀਰ ਖਾਨ ਨੇ ਉਸ ਦੀ ਪੇਸ਼ਕਾਸ਼ ਨੂੰ ਸਵੀਕਾਰ ਕਰ ਲਿਆ ਜਿੱਥੇ ਅਹਿਮਦ ਸ਼ਾਹ ਦੁਰਾਨੀ ਦੀਆਂ ਫੌਜਾਂ ਵਿੱਚ ਸ਼ਾਮਲ ਹੋਣ ਵਾਲੀ ਮੁਹੰਮਦ ਫੋਰਸ ਦੇ ਨਾਲ ਲਿਆ ਗਿਆ ਨਰੀਖਣ ਕੀਤਾ ਗਿਆ ਆਧਾਰ ਕੀਤਾ ਗਿਆ ਮੁਹੰਮਦ ਦੀ ਸਮਾਪਤੀ ਤੇ ਗੰਜੂਬਾ ਵਾਪਸ ਆਉਣ ਤੇ ਨੂਰ ਮੁਹੰਮਦ ਨੇ ਲਗਭਗ ਜੂਨ 1765 ਦੇ ਵਿੱਚ ਜਿਹੜੀ ਆਲੇ ਹਿਜਰੀ ਦੇ ਨੇੜੇ ਜੰਗਨਾਮਾ ਨੂੰ ਪੂਰਾ ਕੀਤਾ ਸੀ ਇਹ ਜਿਹੜੀ ਕਿਤਾਬ ਹੈ ਜੰਗਨਾਮਾ ਇਹਦੇ ਵਿੱਚ ਸਿੱਖਾਂ ਨੂੰ ਬਹੁਤ ਕੁਝ ਲਿਖਿਆ ਗਿਆ ਇਹਨੇ ਸਿੱਖਾਂ ਬਾਰੇ ਇਹਨਾਂ ਕੁਝ ਲਿਖਿਆ ਦੇਖੋ ਸਿੱਖਾਂ ਦੇ ਬਾਰੇ ਘਟੀਆ ਸ਼ਬਦਾਵਲੀ ਵੀ ਇਸਨੇ ਵਰਤੀ ਇਸਨੇ ਇਹ ਵੀ ਕਿਹਾ ਕਿ ਸਿੱਖ ਜਿਹੜੇ ਨੇ ਸਿੱਖ ਕੁੱਤੇ ਨੇ ਸਿੱਖਾਂ ਨੂੰ ਕੁੱਤੇ ਆਖੋ ਇਹ ਸ਼ੇਰ ਨਹੀਂ ਨੇ ਇਹ ਮੈਦਾਨੇ ਜੰਗ ਵਿੱਚ ਸ਼ੇਰਾਂ ਵਾਂਗ ਦਲੇਰ ਹੋ ਕੇ ਭਾਵੇਂ ਲੜਦੇ ਨੇ ਪਰ ਇਹਨਾਂ ਨੂੰ ਅਸੀਂ ਸਬਕ ਸਿਖਾ ਕੇ ਰ੍ਹਾਂਗੇ ਉਹਨੇ ਇਹ ਵੀ ਕਿਹਾ ਕਹਿੰਦਾ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਇਹਨਾਂ ਦੀ ਨੀ ਰੱਖੀ ਗਈ ਹੈ ਇਹ ਕਿਸੇ ਤੋਂ ਹਾਰਦੇ ਨਹੀਂ ਨੇ ਦੇਖੋ ਇੱਕ ਦੁਸ਼ਮਣ ਤਾਰੀਫ ਕਰ ਰਿਹਾ ਹੈ ਇੱਕ ਦੁਸ਼ਮਣ ਦੇ ਤਾਰੀਫ ਕਰਨ ਦੇ ਵਿੱਚ ਕਿੰਨੀ ਵੱਡੀ ਜਿਹੜੀ ਸਾਡੇ ਲਈ ਪ੍ਰਾਊਡਨੈਸ ਹੈ ਕਿ ਦੁਸ਼ਮਣ ਵੀ ਤਾਰੀਫ ਕਰ ਰਿਹਾ ਹੈ ਕਹਿੰਦਾ ਜੇ ਮੈਦਾਨੇ ਜੰਗ ਦੇ ਵਿੱਚ ਇਹ ਹਾਰ ਜਾਂਦੇ ਨੇ ਇਹਨਾਂ ਨੂੰ ਹਾਰੇ ਨਾ ਸਮਝੋ ਕਹਿੰਦਾ ਜਦੋਂ ਇਹ ਦੂਜੀ ਵਾਰ ਆਉਂਦੇ ਨੇ ਫੇਰ ਵੇਖੋ ਇਹ ਤੁਹਾਡੇ ਨਾਲੋਂ ਵੀ ਤਗੜੇ ਹੋ ਕੇ ਆਉਣਗੇ ਇਹ ਮਾਰੇ ਜਾਂਦੇ ਨੇ ਸਿੱਖਾਂ ਦਾ ਇਤਿਹਾਸ ਹੈ ਕਦੇ ਇਹਨਾਂ ਨੇ ਮੈਦਾਨੇ ਜੰਗ ਚੋਂ ਭੱਜ ਕੇ ਗਏ ਨੂੰ ਨਹੀਂ ਮਾਰਿਆ ਬੁਝਦਿਲ ਬੰਦੇ ਨੂੰ ਨਹੀਂ ਮਾਰਿਆ ਔਰਤਾਂ ਤੇ ਬੱਚਿਆਂ ਤੇ ਹੱਥ ਨਹੀਂ ਚੁੱਕਿਆ ਔਰ ਇਹਨਾਂ ਦਾ ਇਤਿਹਾਸ ਰਿਹਾ ਸਾਰਾ ਗੜੀ ਦਾ ਇਤਿਹਾਸ ਪੜ ਲਿਓ ਜੀ ਉੱਥੇ ਵੀ ਸਾਨੂੰ ਇਹੋ ਚੀਜ਼ਾਂ ਮਿਲਣਗੀਆਂ ਸਿੱਖ ਮੈਦਾਨੇ ਜੰਗ ਦੇ ਵਿੱਚ ਜਿੰਨੇ ਤਗੜੇ ਨੇ ਉਥੇ ਹੀ ਦੁਨਿਆਵੀ ਗੱਲਾਂ ਬਾਤਾਂ ਦੇ ਵਿੱਚ ਅੱਗੇ ਹੋ ਕੇ ਆਫ਼ਤਾਂ ਤੋਂ ਬਚਾਉਣ ਦੇ ਲੋਕਾਂ ਨੂੰ ਬਚਾਉਣ ਲਈ ਵੀ ਤਗੜੇ ਨੇ ਆਪਣੇ ਤੇ ਆਈਆਂ ਆਫ਼ਤਾਂ ਨੂੰ ਭੁੱਲ ਕੇ ਵੀ ਇਹ ਚੜ੍ਹਦੀ ਕਲਾ ਵਿੱਚ ਰਹਿਣਾ ਜਾਣਦੇ ਨੇ ਨੂਰ ਮੁਹੰਮਦ ਖਾਨ ਲਿਖਦਾ ਹੈ ਨੂਰ ਮੁਹੰਮਦ ਨੇ ਇਹ ਵੀ ਲਿਖਿਆ ਕਹਿੰਦਾ ਜੰਗ ਨਾਮਾ ਕਿਤਾਬ ਮੈਂ ਪਹਿਲਾਂ ਸਿੱਖਾਂ ਦੇ ਵਿਰੋਧ ਵਿੱਚ ਲਿਖੀ ਹੈ ਮੈਂ ਲਿਖਿਆ ਸੀ ਕਿ ਇਹ ਇਹਨਾਂ ਨੂੰ ਕੁੱਤੇ ਕਹੋ ਇਹ ਬਿਲਕੁਲ ਜਿਹੜੇ ਸਿੱਖ ਨੇ ਇਹ ਤਾਕਤਵਰ ਨਹੀਂ ਨੇ ਪਰ ਜਿਵੇਂ ਉਹਦੇ ਦੋ ਦੋ ਹੱਥ ਹੋਏ ਜੰਗ ਦੇ ਮੈਦਾਨਾਂ ਵਿੱਚ ਉਹਨਾਂ ਨੇ ਦੇਖਿਆ ਕਿ ਸਿੱਖਾਂ ਨੂੰ ਹਰਾਇਆ ਨਹੀਂ ਜਾ ਸਕਦਾ ਸਿੱਖਾਂ ਨੂੰ ਮੋੜਿਆ ਨਹੀਂ ਜਾ ਸਕਦਾ ਤੇ ਸਿੱਖਾਂ ਨੇ ਕਦੇ ਵੀ ਨਿੱਜੀ ਲੜਾਈਆਂ ਨਹੀਂ ਲੜੀਆਂ ਸਿੱਖਾਂ ਨੇ ਆਪਣੇ ਹੱਕ ਲਈ ਲੜਾਈਆਂ ਲੜੀਆਂ ਨੇ ਜਿਹੜੀ ਕੌਮ ਤੇ ਪੰਥ ਲਈ ਨੇ ਤੇ ਸਿੱਖਾਂ ਨੇ ਆਪਣੇ ਲਈ ਕੋਈ ਵੀ ਲੜਾਈ ਨਹੀਂ ਲੜੀ ਸਾਧ ਸੰਗਤ ਇਤਿਹਾਸ ਕਹਿੰਦਾ ਹੈ ਉਸ ਵੇਲੇ ਨੂਰ ਮੁਹੰਮਦ ਖਾਨ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਹਿੰਦਾ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਵਰਸਾਏ ਹੋਏ ਨੇ ਇਹ ਇਨਸਾਫ ਲਈ ਦੂਜਿਆਂ ਨਾਲ ਵੀ ਖਲੋਂਦੇ ਨੇ ਕਿਸੇ ਦੇ ਉੱਤੇ ਬੇਇਨਸਾਫੀ ਨਹੀਂ ਕਰਦੇ ਤੇ ਲੜਾਈ ਤੋਂ ਇਲਾਵਾ ਇੱਕ ਗੱਲ ਹੋਰ ਸੁਣ ਲਓ ਬਾਕੀ ਸਾਰੇ ਯੋਧਿਆਂ ਨੂੰ ਉੱਤਮ ਕਰਦੇ ਨੇ ਲੜਾਈ ਦੇ ਮੈਦਾਨ ਜੰਗ ਤੋਂ ਭੱਜਣ ਵਾਲੇ ਡਰਪੋਕਾਂ ਨੂੰ ਨਹੀਂ ਮਾਰਦੇ ਤੇ ਇਹ ਔਰਤਾਂ ਦੀ ਦੌਲਤ ਜਾਂ ਗਹਿਣੇ ਔਰਤਾਂ ਨੂੰ ਲੁੱਟਦੇ ਲਈ ਨੇ ਲੁੱਟਦੇ ਨਹੀਂ ਨੇ ਤੇ ਇਹ ਸ਼ਰਾਰਤੀ ਲੋਕ ਵੀ ਨਹੀਂ ਨੇ ਇਹ ਔਰਤਾਂ ਚਾਹੇ ਜਵਾਨ ਹੋਵੇ ਜਾਂ ਬੁੱਢੀ ਭਾਰਤੀ ਪਾਸ਼ਾ ਵਿੱਚ ਬੁੱਢੀ ਦਾ ਅਰਥ ਹੈ ਲਾ ਬੁੱਢੀ ਲਾ ਬੁਰਹੀ ਸ਼ਬਦ ਦਾ ਅਰਥ ਹੈ ਇਹਨਾਂ ਕੁੱਤਿਆਂ ਵਿੱਚ ਚੋਰ ਨਹੀਂ ਹੈ ਨਾ ਹੀ ਇਹਨਾਂ ਵਿੱਚ ਕੋਈ ਮਾੜਾ ਲੋਕ ਹੈ ਤੇ ਹਲੇ ਆਪਾਂ ਇਹਨਾਂ ਨੂੰ ਮਾੜਾ ਕਹੀਏ ਇਹ ਗੱਲ ਸੋਭਦੀ ਨਹੀਂ ਉਹਨੇ ਜੰਗਨਾਮਾ ਕਿਤਾਬ ਦੇ ਵਿੱਚ ਸਿੱਖਾਂ ਦੀ ਰੱਜ ਕੇ ਤਾਰੀਫ ਕੀਤੀ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਦੇ 14 ਜੰਗਾਂ ਲੜੀਆਂ ਕਿਸੇ ਵਿੱਚ ਹਾਰ ਨਹੀਂ ਪ੍ਰਾਪਤ ਕੀਤੀ ਤਾਂ ਕਿ ਉਹ ਜੰਗਾਂ ਜਿਹੜੀਆਂ ਸੀ ਉਹ ਨਿੱਜੀ ਹਿੱਤ ਲਈ ਨਹੀਂ ਸੀ ਧਨ ਧਨ ਜ਼ਮੀਨ ਜ਼ੋਰੂ ਦੇ ਲਈ ਨਹੀਂ ਸੀ ਉਹ ਜਿਹੜੀਆਂ ਜੰਗਾਂ ਸੀ ਸਾਧ ਸੰਗਤ ਉਹ ਜੰਗਾਂ ਜਿਹੜੀਆਂ ਸੀ ਉਹ ਮਨੁੱਖਤਾ ਦੇ ਲਈ ਸੀ ਆਪਣੇ ਉਤਰਾਧਕਾਰੀਆਂ ਦੇ ਲਈ ਸੀ ਆਪਣੇ ਹੱਕਾਂ ਦੇ ਲਈ ਸੀ ਪੂਰੇ ਕੌਮ ਦੇ ਹੱਕਾਂ ਲਈ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਤਾਰੀਫ਼ ਕੀਤੀ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਾਰੀਫ਼ ਕੀਤੀ ਔਰ ਪਿਆਰਿਓ ਹੋਰ ਵੀ ਤਾਰੀਫ਼ਾਂ ਕੀਤੀਆਂ ਤੇ ਸਿੱਖਾਂ ਨੂੰ ਮੈਦਾਨੇ ਜੰਗ ਦਾ ਸ਼ੇਰ ਵੀ ਕਿਹਾ ਤੇ ਇਹ ਵੀ ਕਿਹਾ ਕਿ ਇਹ ਕਿਸੇ ਨਾਲ ਬੇਇਨਸਾਫੀ ਨਹੀਂ ਕਰਦੇ ਇਹ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਲੇ ਨੇ ਤੇ ਗਜ਼ਨੀ ਦੇ ਬਾਜ਼ਾਰਾਂ ਵਿੱਚੋਂ ਸਾਡੀਆਂ ਧੀਆਂ ਭੈਣਾਂ ਨੂੰ ਸੇਫ ਆਪਣੇ ਖਰਚੇ ਤੇ ਜਸਾ ਸਿੰਘ ਆਲੂ ਵਾਲੀਆ ਵਰਗੇ ਆਪਣੇ ਖਰਚੇ ਤੇ ਉਹਨਾਂ ਦੇ ਘਰੋ ਘਰੀ ਉਹਨਾਂ ਨੂੰ ਪਹੁੰਚਾ ਕੇ ਆਇਆ ਕਰਦੇ ਸੀ ਇਹ ਸਿੱਖਾਂ ਦਾ ਕਿਰਦਾਰ ਹੈ ਸਾਡੇ ਵਡਿਆਈ ਕਰਨ ਤੇ ਸਮਝ ਪੈਂਦੀ ਹੈ ਕਿ ਭਾਈ ਇਹਨਾਂ ਦੇ ਆਪਣੇ ਨੇ ਤਾਂ ਵਡਿਆਈ ਕਰਦੇ ਨੇ ਪਰ ਸਵਾਦ ਉੱਥੇ ਆਉਂਦਾ ਜਿੱਥੇ ਦੁਸ਼ਮਣ ਵਡਿਆਈ ਕਰੇ ਜਿਸ ਤਰ੍ਹਾਂ ਲੈਫਟੀਨੈਂਟ ਕੁਲਦੀਪ ਜਰਨਲ ਬਰਾੜ 1984 ਦੇ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਾਰੀਫ ਕਰਦਾ ਜੇ ਬਹਾਦਰ ਸ਼ਾ ਤਾਰੀਫ ਕਰਦਾ ਔਰ ਜਹਾਗੀਰ ਵੀ ਤਾਰੀਫ ਕਰਦਾ ਐ ਅਕਬਰ ਬਾਦਸ਼ਾ ਵੀ ਗੁਰੂ ਕੇ ਲੰਗਰਾਂ ਦੀ ਤਾਰੀਫ ਕਰਦਾ ਐ ਸੋ ਪਿਆਰਿਓ ਇਥੋਂ ਪਤਾ ਲੱਗਦਾ ਕਿ ਸਿੱਖ ਸਿੱਖਾਂ ਦਾ ਇਤਿਹਾਸ ਕਿੰਨਾ ਮਾਣਮਤੀਆ ਇਤਿਹਾਸ ਹੈ ਤੇ ਸਾਡੇ ਗੁਰੂ ਸਹਿਬਾਨਾਂ ਨੇ ਕੀ ਕੀ ਪੂਰਨੇ ਪਾਇਨੇ ਪਿਆਰਿਓ ਸਾਡੇ ਗੁਰੂ ਸਹਿਬਾਨਾਂ ਨੇ ਕੀ ਕੀ ਸਾਨੂੰ ਦਿੱਤਾ ਇਹਨਾਂ ਗੱਲਾਂ ਤੋਂ ਸਾਫ਼ ਤੌਰ ਤੇ ਇਹ ਚੀਜ਼ਾਂ صاف ظاہر ਹੁੰਦੀਆਂ ਨੇ ਸੋ ਪਿਆਰਿਓ ਸਾਨੂੰ ਆਪਣੇ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਜੇ ਤੁਸੀਂ ਕਿਤਾਬ ਪੜ੍ਹਨੀ ਹੋਵੇ ਨਾ ਨੂਰ ਮੁਹੰਮਦ ਦੀ ਜੰਗਨਾਮਾ ਤੇ ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿਸ ਤਰ੍ਹਾਂ ਸਿੱਖਾਂ ਬਾਰੇ ਲਿਖਿਆ ਗਿਆ ਤੇ ਕਿਸ ਤਰ੍ਹਾਂ ਸਿੱਖਾਂ ਦੀਆਂ ਤਾਰੀਫਾਂ ਕੀਤੀਆਂ ਗਈਆਂ ਪਹਿਲਾਂ ਸਿੱਖਾਂ ਦੇ ਉਲਟ ਤੇ ਫਿਰ ਸਿੱਖਾਂ ਦੀ ਤਾਰੀਫ ਕਰਨੀ ਤੇ ਜਦੋਂ ਜੰਗ ਮੈਦਾਨਾਂ ਦੇ ਵਿੱਚ ਜਿਹੜੇ ਨੇ ਟਾਕਰੇ ਹੁੰਦੇ ਨੇ ਉਸ ਤੋਂ ਬਾਅਦ ਸਿੱਖਾਂ ਦੇ ਇਹਨਾਂ ਨੇ ਦਿਲ ਦੇਖੇ ਤੇ ਫਿਰ ਇਹਨਾਂ ਦੇ ਇਰਾਦੇ ਵੀ ਬਦਲ ਗਏ ਸਨ ਨੂਰ ਮੁਹੰਮਦ ਜੀ ਕਾਜ਼ੀ ਨੂਰ ਮੁਹੰਮਦ ਦੀ ਕਿਤਾਬ ਪੜਿਓ ਜੰਗ ਨਾਮਾ ਸਰਚ ਕਰਨ ਤੇ ਵੀ ਤੁਹਾਨੂੰ ਮਿਲ ਜੇਗੀ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ